ਕੀ ਸਰਦਾਰ ਸਰਵਨ ਸਿੰਘ ਧੁੰਨ ਸਾਹਿਬ 2027 'ਚ ਹੱਥ ਖੜਾ ਕਰਕੇ ਕਹਿ ਸਕਦੇ ਨੇ ਕਿ ਮੈਨੂੰ ਵੋਟ ਤਾਂ ਪਾਇਓ ਜੇ ਮੈਂ ਕੰਮ ਕੀਤੇ? ਸਟੇਜ ਤੇ ਕਹਿੰਦਾ ਮੈਂ ਪਿਛਲੇ ਦਿਨ ਬਹੁਤ ਵੱਡਾ ਇਕੱਠ ਇੱਕ ਅਸੀਂ ਉੱਥੇ ਕੀਤਾ ਸੀ ਪੈਲਸ 'ਚ, ਮੈਂ ਉੱਥੇ ਇਹ ਗੱਲ ਕਹੀ ਸੀ ਵੀ ਤੁਸੀਂ ਮੈਨੂੰ 5 ਸਾਲ ਲਈ MLA ਚੁਣਿਆ, ਮੇਰੇ 3 ਸਾਲ ਅਜੇ 3 ਸਾਲਾਂ ਬਾਅਦ ਇਲੈਕਸ਼ਨਾਂ ਦੁਬਾਰਾ ਹੋਣੀਆਂ, ਮੈਨੂੰ ਵੋਟ ਤੁਸੀਂ ਤਾਂ ਅਗਲੀ ਵਾਰੀ ਪਾਇਓ ਜੇ ਮੈਂ ਤੁਹਾਡੇ ਸਾਰੇ ਕੰਮ ਕਰ ਦੂੰਗਾ, ਜੇ ਤੁਹਾਡੇ ਕੰਮ ਨਾ ਕਰ ਸਕਿਆ ਤਾਂ ਬੇਸ਼ੱਕ ਮੈਨੂੰ ਵੋਟ ਨਾ ਪਾਇਓ। ਵਿਰੋਧੀ ਪਾਰਟੀਆਂ ਦੇ ਵੀ ਇਹ ਵੱਡੇ ਸਵਾਲ ਨੇ, ਕਹਿੰਦੇ ਨੇ ਜੀ ਸਰਕਾਰ ਬਣਨ ਤੋਂ ਬਾਅਦ ਕਿੰਨੇ ਕੁ ਨਜਾਇਜ਼ ਪਰਚੇ ਜਿਹੜੇ ਤੁਸੀਂ ਕਰਾਏ, ਕਿੰਨੀ ਕੁ ਜਾਇਦਾਦ ਬਣਾ ਲਈ? ਜਿਹੜੇ ਵਿਰੋਧੀ ਹੁੰਦੇ ਆ ਨਾ ਜੀ, ਜੀ ਦੇਖੋ ਮੈਂ ਤਾਂ ਇੱਕ ਚੀਜ਼ ਨੂੰ ਮੈਂ ਗੁਰੂ ਸਾਹਿਬ ਨੂੰ ਮੰਨਣ ਵਾਲਾ ਬੰਦਾ ਜੀ, ਅਤੇ ਵਿਰੋਧੀਆਂ ਦਾ ਕੰਮ ਹੀ ਹੁੰਦਾ ਉਹਨਾਂ ਨੇ ਦੋਸ਼ ਲਾਉਣੇ ਹੀ ਹੁੰਦੇ ਆ ਜੀ, ਉਹਨਾਂ ਨੇ ਬੋਲਣਾ ਹੁੰਦਾ, ਉਹਨਾਂ ਨੇ ਉਹਨਾਂ ਨੂੰ ਕੁਝ ਨਾ ਕੁਝ, ਹੁਣ ਗੱਲ ਕਰਨ ਵਾਲੀ ਤਾਂ ਹੈਗੀ ਨਹੀਂ, ਜਦੋਂ ਉਹਨਾਂ ਦਾ ਆਪਣਾ ਰਾਜ ਸੀ ਉਦੋਂ ਤਾਂ ਉਹ ਲੋਕਾਂ ਦਾ ਕੁਝ ਸਵਾਰ ਨਹੀਂ ਸਕੇ, ਉਦੋਂ ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਨਾਂ ਜਿਹੜਾ ਪੰਥ ਦਾ ਜਿਹੜੇ ਆਉਂਦੇ ਸੀ ਪੰਥ ਦੀ ਪਾਰਟੀ ਹੈ, ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਮੇਰੇ ਵੀਰ ਇੱਥੇ ਕਿਸੇ ਨੂੰ ਨਿਆਂ ਨਹੀਂ ਮਿਲਿਆ, ਝੂਠੇ ਪਰਚੇ ਦਰਜ ਹੁੰਦੇ ਰਹੇ। ਸਰਵਨ ਸਿੰਘ ਧੁੰਨ ਨੇ 2 ਸਾਲਾਂ ਦੇ ਵਿੱਚ ਕਿੰਨਿਆਂ ਪਿੰਡਾਂ ਨੂੰ ਕਿੰਨੀਆਂ ਕੁ ਗ੍ਰਾਂਟਾਂ ਦਿੱਤੀਆਂ ਜੀ? ਮੇਰੇ ਵੀਰ ਇਹ ਕਿਸੇ ਦਿਨ ਤੁਸੀਂ ਖੁੱਲ੍ਹ ਕੇ ਆ ਜਾਓ, ਗ੍ਰਾਂਟਾਂ ਦੇ ਤਾਂ ਇੱਥੇ ਕੋਈ ਘਾਟ ਹੀ ਨਹੀਂ ਜੀ। ਮੈਂ ਤੁਹਾਨੂੰ ਇੱਕ ਮੋਟੀ ਜਿਹੀ ਗੱਲ ਦੱਸ ਦੇਣਾ ਜੀ, ਬਾਕੀ ਗ੍ਰਾਂਟਾਂ ਕਿਸੇ ਦਿਨ ਬਾਅਦ 'ਚ ਗਿਣਾਂਗੇ। ਜਿਹੜਾ ਇਹ ਹਲਕਾ ਵਾ, ਜਦੋਂ ਪਹਿਲੇ MLA ਹੁੰਦੇ ਸੀ ਨਾ, ਜਿਹੜੀਆਂ ਪੰਚਾਇਤੀ ਜ਼ਮੀਨਾਂ ਵਾ ਉਹ ਪੈਸੇ ਬਲਾਕ ਦੇ ਵਿੱਚ ਪਤਾ ਕਿੰਨੇ ਜਮ੍ਹਾਂ ਕਰਾਉਂਦੇ ਸੀ? 2 ਕਰੋੜ ਰੁਪਈਆ। ਜਿੱਦਣ ਦਾ ਮੈਂ MLA ਬਣਿਆ ਉਦਣ ਦਾ ਜਮ੍ਹਾਂ ਹੋਣ ਲੱਗ ਪਿਆ 10 ਕਰੋੜ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਅਬ ਤੱਕ ਨਿਊਜ਼ ਤੁਸੀਂ ਵੇਖ ਰਹੇ ਹੋ। ਕਹਿੰਦੇ ਕਿਸੇ ਦੀ ਅੱਖ ਵਿੱਚ ਰੜਕ ਰਿਹਾ ਹਾਂ, ਕਿਸੇ ਦੇ ਦਿਲ ਵਿੱਚ ਧੜਕ ਰਿਹਾ ਹਾਂ, ਇਹ ਲਾਈਨਾਂ ਸ਼ਾਇਦ ਢੁੱਕਦੀਆਂ ਨੇ ਹਲਕਾ ਵਿਧਾਇਕ ਖੇਮਕਰਨ ਤੋਂ ਸਰਦਾਰ ਸਰਵਨ ਸਿੰਘ ਧੁੰਨ ਹੋਣਾ 'ਤੇ। ਅੱਜ ਨਵਾਂ ਬਲ ਵੀ ਮਿਲਿਆ, ਇਹ ਗੱਲਬਾਤ ਕਰਕੇ ਜਾਣਦੇ ਹਾਂ ਕੰਪੇਨ ਕਿਸ ਤਰੀਕੇ ਦੀ ਚੱਲ ਰਹੀ ਹੈ, ਲੋਕਾਂ ਦਾ ਹੁੰਗਾਰਾ ਕਿਸ ਤਰੀਕੇ ਦਾ ਮਿਲ ਰਿਹਾ। ਧੁੰਨ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਬੜਾ ਧੰਨਵਾਦ ਜੀ, ਤੁਹਾਡਾ ਧੰਨਵਾਦ, ਥੈਂਕ ਯੂ। ਅੱਜ ਪਾਰਟੀ ਨੂੰ ਨਵਾਂ ਬਲ ਮਿਲਿਆ, ਕੀ ਕਹਿਣਾ ਚਾਹੋਗੇ ਜੀ? ਬਲ ਵੀਰੇ ਮੈਨੂੰ ਬੜੀ ਖੁਸ਼ੀ ਹੋਈ ਹੈ, ਅੱਜ ਬੈਂਕਾ ਪਿੰਡ ਮੈਨੂੰ ਲੱਗਦਾ ਸਾਰਾ ਨਗਰ ਹੀ ਇੱਕ ਥਾਂ ਇਕੱਠਾ ਹੋ ਗਿਆ ਜੀ। ਬਹੁਤ ਸਾਰੇ ਪਰਿਵਾਰ ਜਿਹੜੇ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ, ਅਤੇ ਮੈਂ ਉਹਨਾਂ ਨੂੰ ਵੈਲਕਮ ਕਰਨ ਲਈ ਇੱਥੇ ਆਇਆ ਜੀ। ਧੁੰਨ ਸਾਹਿਬ ਜ਼ਰੂਰ ਦੱਸਿਓ ਕਿ ਵਿਰੋਧੀ ਪਾਰਟੀਆਂ ਦੇ ਵੀ ਇਹ ਵੱਡੇ ਸਵਾਲ ਨੇ, ਕਹਿੰਦੇ ਨੇ ਜੀ ਸਰਕਾਰ ਬਣਨ ਤੋਂ ਬਾਅਦ ਕਿੰਨੇ ਕੁ ਨਜਾਇਜ਼ ਪਰਚੇ ਜਿਹੜੇ ਤੁਸੀਂ ਕਰਾਏ, ਕਿੰਨੀ ਕੁ ਜਾਇਦਾਦ ਬਣਾ ਲਈ, ਇਹ ਦੱਸ ਦਿਓ ਜੀ ਅੱਜ। ਮੇਰੇ ਵੀਰ ਗੱਲ ਇਹ ਆ ਵੀ ਜਿਹੜੇ ਵਿਰੋਧੀ ਹੁੰਦੇ ਆ ਨਾ ਜੀ, ਜੀ ਦੇਖੋ ਮੈਂ ਤਾਂ ਇੱਕ ਚੀਜ਼ ਨੂੰ ਮੈਂ ਗੁਰੂ ਸਾਹਿਬ ਨੂੰ ਮੰਨਣ ਵਾਲਾ ਬੰਦਾ ਜੀ, ਅਤੇ ਵਿਰੋਧੀਆਂ ਦਾ ਕੰਮ ਹੀ ਹੁੰਦਾ ਉਹਨਾਂ ਨੇ ਦੋਸ਼ ਲਾਉਣੇ ਹੀ ਹੁੰਦੇ ਜੀ, ਉਹਨਾਂ ਨੇ ਬੋਲਣਾ ਹੁੰਦਾ, ਉਹਨਾਂ ਨੇ ਉਹਨਾਂ ਨੂੰ ਕੁਝ ਨਾ ਕੁਝ, ਹੁਣ ਗੱਲ ਕਰਨ ਵਾਲੀ ਤਾਂ ਹੈਗੀ ਨਹੀਂ, ਜਦੋਂ ਉਹਨਾਂ ਦਾ ਆਪਣਾ ਰਾਜ ਸੀ ਉਦੋਂ ਤਾਂ ਉਹ ਲੋਕਾਂ ਦਾ ਕੁਝ ਸਵਾਰ ਨਹੀਂ ਸਕੇ, ਉਦੋਂ ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਨਾਂ ਜਿਹੜਾ ਪੰਥ ਦਾ ਜਿਹੜੇ ਆਉਂਦੇ ਸੀ ਪੰਥ ਦੀ ਪਾਰਟੀ ਹੈ, ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਮੇਰੇ ਵੀਰ ਇੱਥੇ ਕਿਸੇ ਨੂੰ ਨਿਆਂ ਨਹੀਂ ਮਿਲਿਆ, ਝੂਠੇ ਪਰਚੇ ਦਰਜ ਹੁੰਦੇ ਰਹੇ, ਉਹਨਾਂ ਕੋਲ ਬੋਲਣ ਲਈ ਤਾਂ ਕੋਈ ਗੱਲ ਹੈਗੀ ਨਹੀਂ। ਅਤੇ ਜਿਹੜੇ ਮੇਰਾ ਵੀਰ ਮੈਨੂੰ ਕੋਈ ਇਤਰਾਜ਼ ਨਹੀਂ, ਗੱਲਾਂ ਕਰਨ ਦੇ ਨਾਲ ਨਹੀਂ ਹੁੰਦਾ, ਐਵੇਂ ਦੋਸ਼ ਲਾਈ ਜਾਣ ਜਾਂ ਤਾਂ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਣ ਜਿਹੜੀ ਮੇਰੀ ਜਾਇਦਾਦ ਆ, ਉਹ ਤੱਥ ਲੋਕਾਂ ਦੇ ਸਾਹਮਣੇ ਰੱਖਣ ਨਾ, ਇੱਦਾਂ ਤਾਂ ਮੈਂ ਕਹੀ ਜਾਊਂਗਾ ਜੀ ਫਲਾਨਾ ਇੰਨੀ ਜਾਇਦਾਦ ਬਣਾ ਗਿਆ ਜੀ। ਜਾਇਦਾਦ ਵੀਰੇ ਜਿਹੜੀ ਇਹ ਆਮ ਆਦਮੀ ਪਾਰਟੀ ਆ, ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਜਿਹੜੀ ਸਾਡੀ ਸਰਕਾਰ ਨੇ ਆਪਣੇ ਬੰਦੇ ਫੜ ਕੇ ਅੰਦਰ ਦੇ ਤੇ ਵਿਜੀਲੈਂਸ ਨੂੰ, ਕਦੀ ਅੱਜ ਤੱਕ ਇਤਿਹਾਸ ਦੇ ਵਿੱਚ ਹੋਇਆ
ਕਦੀ ਜਿਹੜੀ ਸਰਕਾਰ ਹੋਵੇ ਤੇ ਉਹ ਆਪਣੇ ਹੀ MLA ਜਾਂ ਬੰਦਿਆਂ ਨੂੰ ਫੜ ਕੇ ਅੰਦਰ ਦੇ ਦੇ। ਇੱਥੇ ਵੀਰੇ ਉਹ ਚੀਜ਼ਾਂ ਜਿਹੜੀਆਂ ਵਾ ਉਹ ਉਹਨਾਂ ਦੇ ਰਾਜਾਂ 'ਚ ਹੀ ਹੁੰਦੀਆਂ ਰਹੀਆਂ। ਇੱਥੇ ਤਾਂ ਲੋਕਾਂ ਦਾ ਜਿਹੜਾ ਵਾ ਲੋਕਾਂ ਦੇ ਭਲੇ ਦੀ ਗੱਲ ਹੁੰਦੀ ਆ, ਲੋਕਾਂ ਨੂੰ ਇਨਸਾਫ ਲਈ ਅਸੀਂ ਦੇਣ ਲਈ ਚੱਲੇ ਹਾਂ, ਅਸੀਂ ਕੋਈ ਜਾਇਦਾਦਾਂ ਬਣਾਉਣ ਲਈ ਨਹੀਂ ਤੁਰੇ ਉੱਥੇ। ਜੀ ਜੀ, ਭਾਜਪਾ ਕਹਿੰਦੀ 400 ਤੋਂ ਪਾਰ, ਕਿਵੇਂ ਵੇਖਦੇ ਹੋ ਜੀ? ਭਾਜਪਾ ਵੀਰੇ ਅਰਕਾਂ ਦੀ 200 ਤੋਂ ਹੀ ਪਾਰ ਹੋ ਜਾਵੇ ਤਾਂ ਬੜੀ ਵੱਡੀ ਗੱਲ ਹੈ, 400 ਵਾਲੀਆਂ ਗੱਲਾਂ ਤਾਂ ਗਈਆਂ ਜੀ। ਕਿਉਂਕਿ ਜਿਹੜੇ ਜਿਹੜੀ ਪਾਰਟੀ ਕਿਸਾਨਾਂ 'ਤੇ ਗੋਲੀਆਂ ਚਲਾਉਂਦੀ ਹੋਵੇ, ਦੇਸ਼ ਦੇ ਅੰਨਦਾਤੇ ਨੂੰ ਗੋਲੀਆਂ ਮਾਰਦੀ ਹੋਵੇ, ਜੇ ਉਹ 400 ਤੋਂ ਪਾਰ ਹੋ ਗਈ ਤਾਂ ਫਿਰ ਤਾਂ ਰੱਬ ਹੀ ਰਾਖਾ ਵੀਰੇ। ਸਰਵਣ ਸਿੰਘ ਧੁੰਨ ਨੇ 2 ਸਾਲਾਂ ਦੇ ਵਿੱਚ ਕਿੰਨਿਆਂ ਪਿੰਡਾਂ ਨੂੰ ਕਿੰਨੀਆਂ ਕੁ ਗਰਾਂਟਾਂ ਦਿੱਤੀਆਂ ਜੀ? ਮੇਰੇ ਵੀਰੇ ਇਹ ਕਿਸੇ ਦਿਨ ਤੁਸੀਂ ਖੁੱਲ੍ਹ ਕੇ ਆ ਜਾਓ, ਗਰਾਂਟਾਂ ਦੇ ਤਾਂ ਇੱਥੇ ਕੋਈ ਘਾਟ ਹੀ ਨਹੀਂ ਜੀ। ਮੈਂ ਤੁਹਾਨੂੰ ਇੱਕ ਮੋਟੀ ਜੀ ਗੱਲ ਦੱਸ ਦੇਣਾ ਜੀ, ਬਾਕੀ ਗਰਾਂਟਾਂ ਕਿਸੇ ਦਿਨ ਬਾਅਦ 'ਚ ਗਿਣਾਂਗੇ। ਜਿਹੜਾ ਇਹ ਹਲਕਾ ਵਾ, ਜਦੋਂ ਪਹਿਲੇ MLA ਹੁੰਦੇ ਸੀ ਨਾ, ਜਿਹੜੀਆਂ ਪੰਚਾਇਤੀ ਜ਼ਮੀਨਾਂ ਵਾ ਉਹ ਪੈਸੇ ਬਲਾਕ ਦੇ ਵਿੱਚ ਪਤਾ ਕਿੰਨੇ ਜਮ੍ਹਾਂ ਕਰਾਉਂਦੇ ਸੀ? 2 ਕਰੋੜ ਰੁਪਈਆ। ਜਿੱਦਣ ਦਾ ਮੈਂ MLA ਬਣਿਆ ਉਦਣ ਦਾ ਜਮ੍ਹਾਂ ਹੋਣ ਲੱਗ ਪਿਆ 10 ਕਰੋੜ। ਇੱਕ ਪੰਜ ਸਾਲ ਮੈਂ ਰਾਜ ਕਰਨਾ, 5 ਸਾਲਾਂ 'ਚ 50 ਕਰੋੜ ਰੁਪਈਆ ਤੇ ਅਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਦਾ ਹੀ ਬਲਾਕ ਜਮ੍ਹਾਂ ਕਰਾ ਦੇਣਾ, ਜਿਹੜਾ ਪਿੰਡਾਂ ਦੇ ਵਿਕਾਸ ਤੇ ਲੱਗਣਾ। ਉਹ ਵਿਕਾਸ ਜਿਹੜੇ ਆ 2 ਸਾਲਾਂ ਦੇ ਆ, ਸਾਰੇ ਨਗਰ ਵਾਲੇ ਆ ਮੋਤਬਰ ਸੱਜਣ ਬੈਠੇ, ਇਹਨਾਂ ਨੂੰ ਪੁੱਛੋ ਇਹਨਾਂ ਦੀਆਂ ਜ਼ਮੀਨਾਂ ਦਾ ਪੈਸਾ ਇਹਨਾਂ ਦੇ ਪਿੰਡਾਂ 'ਚ ਹੀ ਵਿਕਾਸ ਤੇ ਖਰਚ ਹੋ ਰਿਹਾ, ਅਸੀਂ ਤਾਂ ਉਹੀ ਪੈਸੇ ਲਾ ਲਈਏ, ਸਾਡੇ ਤੋਂ ਮੁੱਕਦੇ ਨਹੀਂ। ਤੇ ਜਿਹੜੀ ਸਰਕਾਰ ਆ, ਸਰਕਾਰ ਨੇ ਵੀ ਮੇਰੇ ਵੀਰ ਬਹੁਤ ਸਾਰੇ ਗੱਫੇ, ਜੇ ਮੈਂ ਤੁਹਾਨੂੰ ਇੱਥੇ ਗਿਣਾਵਾਂ, ਇੱਥੇ ਜੇ ਮੰਡੀਆਂ ਦੇ ਕੰਮ ਗਿਣਾਵਾਂ, ਕਰੋੜਾਂ ਰੁਪਈਆਂ ਦੇ ਮੰਡੀਆਂ 'ਚ ਸ਼ੈੱਡ ਪਾ ਕੇ ਦਿੱਤੇ ਆ, ਕਰੋੜਾਂ ਨਾਲ ਸੀਵਰੇਜ ਪਾ ਕੇ ਦਿੱਤੇ ਆ, ਹਰੇਕ ਪਿੰਡ ਨੂੰ ਲੱਖਾਂ ਰੁਪਈਏ ਗਰਾਂਟਾਂ ਸਰਕਾਰ ਦੇ ਰਹੀ ਹੈ। ਕੋਈ ਕਿਸੇ ਦਿਨ ਉਹ ਵਿਹਲੇ ਬਹਿ ਕੇ ਤੁਹਾਨੂੰ ਪੂਰਾ ਡਾਟਾ ਫਿਰ ਦੇ ਦਾਂਗੇ, ਤੁਸੀਂ ਲੋਕਾਂ ਦੇ ਸਾਹਮਣੇ ਰੱਖ ਦਿਓ, ਨਾਲੇ ਵਿਰੋਧੀਆਂ ਨੂੰ ਵੀ ਪਤਾ ਲੱਗ ਜੂਗਾ। ਤੁਹਾਨੂੰ ਸਾਹਿਬ, ਪੰਜਾਬ ਦੀਆਂ ਜਿਹੜੀਆਂ ਭੈਣਾਂ ਨੇ ਉਹ ਬਹੁਤ ਨਾਰਾਜ਼ ਨੇ ਕਿ ਸਾਡੇ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ, ਕਿਵੇਂ ਵੇਖਦੇ ਹੋ ਜੀ? ਮੇਰੇ ਵੀਰ ਵੇਖੋ, ਜਿਹੜੀ ਤੁਸੀਂ ਵੀ ਇੱਕ ਭਰਾ ਜੇ, ਜਦੋਂ ਇੱਕ ਇੱਕ ਪਰਿਵਾਰ ਨੂੰ ਜਦੋਂ ਆਪਾਂ ਚਲਾਉਂਦੇ ਹੋਈਏ ਤੇ ਜੇ ਆਪਾਂ ਬਾਪੂ ਆਪਣੇ ਕੋਲ ਜਾਈਏ ਤੇ ਪਹਿਲੇ ਸਾਲ ਉਹਨੂੰ ਕਹੀਏ ਵੀ ਪਾਪਾ ਆਹ ਚੀਜ਼ ਲੈ ਦੇ, ਉਹ ਕਹਿੰਦਾ ਬੇਟਾ ਚੱਲ 1 ਲੈ ਦਿੰਦੇ ਹਾਂ, ਉਹ ਨਾਲ ਹੀ ਹੋਰ ਦੂਜੀ ਮੰਗ ਰੱਖ ਲੈਂਦਾ, ਉਹ ਫਿਰ ਉਹ ਕਹਿੰਦਾ ਬੇਟਾ 2 ਸਾਲ ਖੜ ਜਾ, ਜਿਹੜੀ 1 ਗਰੰਟੀ ਰਹਿ ਗਈ ਆ। ਵੇਖੋ, ਸਰਕਾਰ ਨੇ ਇੱਥੇ ਗੱਲ ਕੀਤੀ ਸੀ ਸਰਕਾਰੀ ਸਕੂਲਾਂ 'ਚ ਟੀਚਰ ਪੂਰੇ ਕਰਨ ਦੀ, ਸਰਕਾਰੀ ਸਕੂਲਾਂ ਨੂੰ ਵਧੀਆ ਕਰਨ ਦੀ, ਐਮੀਨੈਂਸ ਸਕੂਲ ਦਿੱਤੇ, ਗੱਲ ਕੀਤੀ ਮਹੱਲਾ ਕਲਨਿਕ ਦੀ, 800 ਤੋਂ ਉੱਪਰ ਪੰਜਾਬ 'ਚ ਮਹੱਲਾ ਕਲਨਿਕ ਜਿਹੜੇ ਖੁੱਲ੍ਹ ਚੁੱਕੇ ਆ। ਸਰਕਾਰ ਨੇ ਗੱਲ ਕੀਤੀ 600 ਯੂਨਿਟ ਦੀ, 600 ਯੂਨਿਟਾਂ ਜਿੰਨੇ ਭਰਾ ਖੜ੍ਹੇ ਆ, ਪੁੱਛੋ ਲਾਈਟ ਮਿਲਦੀ ਕਿ ਨਹੀਂ ਮਿਲਦੀ। ਇੱਕ ਚੀਜ਼ ਰਹਿ ਗਈ ਹੈ ਜਿਹੜਾ 1000 ਰੁਪਈਆ ਸਾਡੀਆਂ ਭੈਣਾਂ ਨੂੰ ਦੇਣਾ, ਉਹ ਵੀ ਮੇਰੇ ਵੀਰ ਕਮ ਸੇ ਕਮ ਵੱਧ ਤੋਂ ਵੱਧ 6 ਮਹੀਨੇ ਜਾਂ ਸਾਲ ਲੱਗੂਗਾ, ਉਹ ਵੀ ਦੇ ਦਿੱਤਾ ਜਾਊਗਾ। ਕੀ ਸਰਦਾਰ ਸਰਵਣ ਸਿੰਘ ਧੁੰਨ ਸਾਹਿਬ 2027 'ਚ ਹੱਥ ਖੜਾ ਕਰਕੇ ਕਹਿ ਸਕਦੇ ਨੇ ਕਿ ਮੈਨੂੰ ਵੋਟ ਤਾਂ ਪਾਇਓ ਜੇ ਮੈਂ ਕੰਮ ਕੀਤੇ? ਮੈਂ ਤਾਂ ਵੀਰੇ ਹਰੇਕ ਸਟੇਜ 'ਤੇ ਕਹਿੰਦਾ, ਮੈਂ ਪਿਛਲੇ ਦਿਨ ਬਹੁਤ ਵੱਡਾ ਇਕੱਠ ਇੱਕ ਅਸੀਂ ਉੱਥੇ ਕੀਤਾ ਸੀ ਪੈਲਸ 'ਚ, ਮੈਂ ਉੱਥੇ ਇਹ ਗੱਲ ਕਹੀ ਸੀ ਵੀ ਤੁਸੀਂ ਮੈਨੂੰ 5 ਸਾਲ ਲਈ MLA ਚੁਣਿਆ, ਮੇਰੇ 3 ਸਾਲ ਅਜੇ 3 ਸਾਲਾਂ ਬਾਅਦ ਇਲੈਕਸ਼ਨਾਂ ਦੁਬਾਰਾ ਹੋਣੀਆਂ, ਮੈਨੂੰ ਵੋਟ ਤੁਸੀਂ ਤਾਂ ਅਗਲੀ ਵਾਰੀ ਪਾਇਓ ਜੇ ਮੈਂ ਤੁਹਾਡੇ ਸਾਰੇ ਕੰਮ ਕਰ ਦੂੰਗਾ, ਜੇ ਤੁਹਾਡੇ ਕੰਮ ਨਾ ਕਰ ਸਕਿਆ ਤਾਂ ਬੇਸ਼ੱਕ ਮੈਨੂੰ ਵੋਟ ਨਾ ਪਾਇਓ। ਮੈਂ ਤਾਂ ਕਲੀਅਰ ਹਰੇਕ ਸਟੇਜ 'ਤੇ ਕਹਿੰਦਾ ਇਹ ਗੱਲ। ਵਿਰੋਧੀ ਪਾਰਟੀਆਂ ਦਾ ਇੱਕ ਵੀ ਵੱਡਾ ਸਵਾਲ ਹੈ, ਕਹਿੰਦੇ ਉਹ ਮਾਂ ਮਰ ਗਈ ਜਿਹੜੀ ਦਹੀਂ ਦੇ ਨਾਲ ਟੁੱਕ ਦਿੰਦੀ ਸੀ, ਇਹਨਾਂ ਕੋਲੋਂ ਪਿੰਡਾਂ ਦੇ ਸਰਪੰਚ ਨਹੀਂ ਬਣਾਏ ਜਾਣੇ ਜਿਹੜੇ ਇਹਨਾਂ ਦੇ ਚਹੇਤੇ ਹਨ? ਮੇਰੇ ਵੀਰ ਇਹ ਗੱਲ ਸੁਣੋ, ਫਿਰ ਇਹੀ ਤਾਂ ਇੱਥੇ ਹੀ ਗਲਤ ਗੱਲ ਆ, ਉਹ ਸਰਪੰਚ ਉਹ ਬੀਬੀ ਜਗੀਰ ਕੌਰ ਨੂੰ ਵੀ ਪ੍ਰਧਾਨ ਡੱਬੇ 'ਚੋਂ ਕੱਢਦੇ ਰਹੇ ਸ਼੍ਰੋਮਣੀ, ਉਹਨਾਂ ਦਾ ਕਲਚਰ ਆ, ਸਾਡੀ ਪਾਰਟੀ ਦਾ ਇਹ ਕਲਚਰ ਨਹੀਂ ਹੈਗਾ, ਅਸੀਂ ਇਲੈਕਸ਼ਨਾਂ ਕਰਾਉਣੀਆਂ ਵਾ, ਜਿਹਨੂੰ ਸੰਗਤ ਸਰਪੰਚ ਬਣਾਊਗਾ ਉਹ ਬਣੂਗਾ, ਮੈਂ ਸਰਪੰਚ ਨਹੀਂ ਬਣਾਉਣਾ, ਅਸੀਂ MLA ਨੇ ਸਰਪੰਚ ਨਹੀਂ ਬਣਾਉਣਾ, ਇਹ ਭੁਲੇਖਾ ਉਹ ਕੱਢ ਦੇਣ।
ਉਹ ਚੀਜ਼ ਨੂੰ ਤੇ ਆਪਾਂ ਖਤਮ ਕਰਨਾ ਵਾ। ਉਹ ਜਿਹੜੀ ਚੀਜ਼ ਲੈ ਕੇ ਤੁਰੇ ਫਿਰਦੇ ਰਹੇ ਆ ਵੀ ਨਾ ਜੀ, ਜਿਹਨੂੰ ਧੱਕੇ ਨਾ ਪੈਸੇ ਲੈ ਲਏ MLA ਦੇ ਸਰਪੰਚ ਬਣਾ ਤਾ, ਇੱਥੇ ਉਹ ਕਲਚਰ ਨੂੰ ਬੰਦ ਕਰਨਾ ਵਾ, ਸਰਪੰਚ ਲੋਕ ਚੁਣਨਗੇ। ਬਾਰਡਰ ਬੈਲਟ ਦੀਆਂ ਮੁਸ਼ਕਲਾਂ ਬਹੁਤ ਜ਼ਿਆਦੀਆਂ ਨੇ, ਲਾਲਜੀਤ ਸਿੰਘ ਭੁੱਲਰੋਂ ਨੇ ਉਮੀਦਵਾਰ ਨੇ, ਲੋਕਾਂ ਨੂੰ ਕੀ ਭਰੋਸਾ ਦਵਾਉਂਦੇ ਜੋ ਕਿ ਇਹਨਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ? ਮੇਰੇ ਵੀਰ, ਬਾਰਡਰ ਬੈਲਟ 'ਚ ਨੋ ਡਾਊਟ ਵੀ ਮੈਂ ਵੇਖੋ, ਜਦੋਂ ਵੀ ਮੈਂ ਮੁੱਖ ਮੰਤਰੀ, ਅੱਜ ਵੀ ਮੈਂ CM ਸਾਹਿਬ ਨੂੰ ਮਿਲ ਗਿਆ ਅਤੇ ਅੱਜ ਵੀ ਉੱਥੇ ਜਿਹੜੀ ਹੈ ਇਹੀ ਗੱਲ ਚੱਲੀ ਵੀ ਸਾਡਾ ਮਾਝਾ, ਮੈਂ ਇਕੱਲੇ ਬਾਰਡਰ ਹੀ ਨਹੀਂ ਪੂਰੇ ਮਾਝੇ ਦੀ ਗੱਲ ਕਰਕੇ ਆਏ ਹਾਂ ਵੀ ਸਾਡੇ ਮਾਝੇ ਨੂੰ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਸੀ, ਸਾਡੇ ਮਾਝੇ ਵੱਲ ਵੀ ਪੂਰਾ ਧਿਆਨ ਰੱਖੋ ਅਤੇ ਇੱਥੇ ਹਰੇਕ ਜਿਹੜੇ ਮਸਲੇ ਆ ਬਾਰਡਰ 'ਤੇ ਉਹ ਹੱਲ ਕੀਤੇ ਜਾਣਗੇ। ਵੇਖੋ ਅਜੇ 2 ਸਾਲ ਹੋਏ ਆ ਮੇਰੇ ਵੀਰ, ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸੋਚ ਆ ਨਾ, ਉਹ ਬੰਦੇ ਨੂੰ ਲੋਕ ਮੰਨਿਆ ਕਰਨਗੇ ਵੀ ਕਿਉਂਕਿ ਮੁੱਖ ਮੰਤਰੀ ਅਸੀਂ ਬਣਾਇਆ ਅਤੇ ਵਾਰ ਵਾਰ ਲੋਕ ਉਹਨੂੰ ਚੁਣਨਗੇ। ਜਿਹੜੀ ਉਸ ਬੰਦੇ ਦੀ ਸੋਚ ਆ, ਉਸ ਬੰਦੇ ਨੇ ਤਾਂ ਹਰੇਕ ਚੀਜ਼ ਨੂੰ ਉਹ ਲੈ ਕੇ ਚੱਲ ਰਿਹਾ। ਉਸ ਬੰਦੇ ਨੂੰ ਮੇਰੇ ਵੀਰ ਕੋਈ ਲਾਲਚ ਹੀ ਨਹੀਂ ਹੈਗਾ, ਕੋਈ ਉਹਨੂੰ ਇਹ ਨਹੀਂ ਹੈਗਾ ਵੀ ਮੈਂ ਇੱਥੇ ਫੈਕਟਰੀਆਂ 'ਚ ਇੰਡਸਟਰੀਆਂ 'ਚ ਹਿੱਸੇ ਰੱਖਣੇ ਆ। ਇਹ ਤਾਂ ਹਿੱਸੇ ਰੱਖਦੇ ਸੀ। ਆਹ ਥਰਮਲ ਪਲਾਂਟ ਗੋਂਦਵਾਲ ਸਾਹਿਬ ਵਾਲਾ ਜਿਹੜਾ 350 ਕਰੋੜ ਰੁਪਈਆ ਬਚਣਾ ਸਾਲ ਦਾ, ਜਿਹੜਾ ਸਰਕਾਰ ਨੇ ਖਰੀਦਿਆ ਅਤੇ ਇਹ ਪ੍ਰਾਈਵੇਟ ਕਰੀ ਜਾਂਦੇ ਸੀ, ਕਦੀ ਖਰੀਦਿਆ ਸੀ ਇਹਨਾਂ ਨੇ ਕੋਈ ਥਰਮਲ ਪਲਾਂਟ? ਉਹ ਭਗਵੰਤ ਸਿੰਘ ਮਾਨ ਹੀ ਆ ਜਿਹੜੇ ਕੰਮ ਕਰ ਰਿਹਾ। ਤੋਂ ਸਭ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਰਹੇਗੀ, ਖਾਸ ਕਰ ਜਿਹੜੇ ਬਾਰਡਰ ਬੈਲਟ ਦੇ? ਮੇਰੇ ਵੀਰ, ਵੋਟਰ ਸਪੋਰਟਰ ਬੜੇ ਵੀਰੇ ਮੇਰੇ ਨਾਲੋਂ ਵੱਧ ਸਿਆਣੇ ਆ, ਲੋਕ ਹੁਣ ਅਪੀਲਾਂ ਦਲੀਲਾਂ ਜੇ ਮੈਂ ਝੂਠ ਬੋਲੂ ਲੋਕਾਂ ਨੇ ਮੈਨੂੰ ਆਖਣਾ ਚੱਲ ਪਾਊ। ਅਕਾਲੀ ਦਲ ਵਾਲੇ ਕਹਿੰਦੇ ਪੰਥਕ ਸੀਟ ਆ, ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਪੰਥਕ ਸੀਟ ਆ, ਇਹ ਅਸੀਂ ਜਿੱਤਾਂਗੇ। ਇਹ ਵੀਰੇ ਇੱਕ ਹੋਰ ਦੱਸਾਂ ਜੀ, ਇਹ ਵੀ ਇੱਕ ਗਲਤ ਟ੍ਰੈਂਡ ਚੱਲਦਾ, ਪੰਥ ਕਿਹਨੂੰ ਕਹਿੰਦੇ ਜੀ? ਪਹਿਲੀ ਗੱਲ ਤਾਂ ਇਹ ਜਿਹੜੇ ਬੰਦੇ ਤੁਰੇ ਫਿਰਦੇ ਨਾ, ਇਹਨਾਂ ਨੂੰ ਪਹਿਲਾਂ ਪੰਥ ਦਾ ਹੀ ਨਹੀਂ ਪਤਾ ਪੰਥ ਆਉਂਦੇ ਕਿਹਨੂੰ ਆ। ਪੰਥ ਮਹਾਰਾਜ ਸਾਹਿਬ ਨੇ ਰਸਤੇ ਨੂੰ ਕਿਹਾ ਵਾ ਸੱਚ ਦਾ ਰਸਤਾ, ਪੰਥਾ ਲੋਕ ਸਾਰੇ ਪੰਥੀ ਆ, ਅਸੀਂ ਕੋਈ ਬਾਹਰੋਂ ਆਏ ਹਾਂ। ਇਹ ਮਤਲਬ ਜਿਹੜੇ ਲੋਕ ਪੰਥ ਨੂੰ ਇੱਕ ਕਬਜ਼ਾ ਕਰਕੇ ਬੈਠੇ ਸੀ, ਲੋਕਾਂ ਨੇ ਨਕਾਰ ਤੇ, ਇੱਥੇ ਪੰਥ ਮੇਰਾ ਵੀਰ ਉਹੀ ਜਿਹੜਾ ਸੱਚ ਦੇ ਰਸਤੇ 'ਤੇ ਚੱਲੂਗਾ। ਪੰਥ ਜ਼ਰੂਰੀ ਨਹੀਂਗਾ ਵੀ ਕੋਈ ਉਹ ਸੁਖਬੀਰ ਹੋਣੀ ਪੰਥ ਸੀ, ਪੰਥ ਤਾਂ ਉਹ ਆ ਜਿਹੜਾ ਸੱਚ ਤੋਲੂਗਾ, ਸੱਚ ਕਰੂਗਾ, ਅਤੇ ਜਿਹੜਾ ਝੂਠੋ ਝੂਠ ਚਲਾਉਂਦਾ ਉਹ ਪੰਥ ਕਾਹਦਾ ਰਹਿ ਗਿਆ। ਸਰਦਾਰ ਸਰਵਨ ਸਿੰਘ ਧੁਨ ਜਦੋਂ ਦੇ MLA ਬਣੇ ਨੇ, ਕੀ ਖੇਮਕਰਨ ਦੇ ਸਾਰੇ ਪਿੰਡਾਂ 'ਚ ਜਾ ਚੁੱਕੇ ਨੇ ਇੱਕ ਵਾਰ? ਮੈਂ ਵੀਰੇ MLA ਛੱਡ ਕੇ, ਮੈਨੂੰ ਪਤਾ ਨਹੀਂ ਮੇਰੇ ਤਾਂ ਦਿਹਾੜੀ ਦੇ ਪਤਾ ਨਹੀਂ ਕਿੰਨੇ ਕਿੰਨੇ ਚੱਕਰ ਲੱਗ ਜਾਂਦੇ ਆ। ਇੱਕ ਮੈਂ ਗੱਲ ਦੱਸਾਂ ਜੀ, ਜਿਹੜੇ ਮੇਰੇ ਖੇਮਕਰਨ ਹਲਕੇ ਦੇ ਸੰਗਤ ਆ ਨਾ, ਜਿਹੜੇ ਲੋਕ ਆ, ਉਹ ਮੇਰੇ ਇੱਕ ਪਰਿਵਾਰ ਵਾਂਗੂ ਆ ਅਤੇ ਉਹ ਮੈਨੂੰ ਇੰਨਾ ਪਿਆਰ ਕਰਦੇ ਆ, ਮੇਰੇ ਨਾਲ ਉਹ ਲੜ ਵੀ ਪੈਂਦੇ ਆ, ਮੈਨੂੰ ਐਂ ਬਾਹੋਂ ਵੀ ਫੜ ਲੈਂਦੇ ਆ, ਉਹ ਮੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਆ। ਮੈਂ ਕੋਈ MLA ਬਣ ਕੇ ਹਲਕੇ 'ਚ ਨਹੀਂ ਵਿਚਰਦਾ, ਮੇਰਾ ਲੋਕਾਂ ਨਾਲ ਪਿਆਰ, ਨਾ ਮੈਂ ਟੀਲੋਂਪਾਲ ਉਹਨਾਂ ਲੀਡਰਾਂ ਨੂੰ ਬੁਲਾਉਣਾ ਜਿਤਨਾ ਉਹ ਕੱਪੜੇ ਦੇ ਦਾਗ ਨਹੀਂ ਲੱਗਣ ਦਿੰਦੇ, ਮੇਰੇ ਦੇ ਇਹਨਾਂ ਵਰਗੇ ਹੀ ਕੱਪੜੇ ਹੁੰਦੇ, ਭਾਊ ਵਰਗੇ ਹੀ, ਸਾਦਾ ਜਿਹਾ ਮੈਂ, ਇਹਨਾਂ ਦੇ ਆਮ ਘਰਾਂ ਦਾ, ਇਹਨਾਂ ਦਾ ਹੀ ਮੈਂ ਮੁੰਡਾ, ਮੈਂ ਕਿਹੜਾ ਕੋਈ ਬਾਹਰੋਂ ਇਹਨਾਂ ਦੇ ਕੋਈ ਜੱਦੀ, ਮੇਰਾ ਕੋਈ ਨਾ ਵਿਚਾਰਾ ਪਿਓ ਮੇਰਾ ਕਦੀ ਮੈਂਬਰ ਪੰਚਾਇਤ ਬਣਿਆ, ਨਾ ਮੇਰਾ ਦਾਦਾ ਬਣਿਆ, ਇਹ ਤਾਂ ਮੈਨੂੰ ਸੰਗਤ ਨੇ ਵੀਰੇ, ਮੈਂ ਤਾਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦਾ, ਮੈਂ ਤਾਂ ਇਹਨਾਂ ਵਰਗਾ ਵਾਂ। ਧੁਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਆਏ, ਥੈਂਕ ਯੂ, ਮਿਹਰਬਾਨੀ। ਸੋ ਇਹ ਸਨ ਸਰਦਾਰ ਸਰਵਣ ਸਿੰਘ ਧੁਨ, ਜਿਹੜੇ ਬੈਂਕਾ ਪਿੰਡ ਦੇ ਵਿੱਚ ਪਹੁੰਚੇ ਤਾਂ ਸਾਡੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੋਈ। ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਅੱਜ ਉਹ ਸ਼ਾਮਿਲ ਹੋਏ ਨੇ, ਤਾਂ ਉਹਨਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਸਾਥ ਦਿਓ। ਪਰ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਕਿੰਨੇ ਕੁ ਲੋਕ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਨੇ, ਕਿਹੜੀ ਪਾਰਟੀ ਦੇ ਬਟਨ ਨਿਸ਼ਾਨ ਦਬ ਕੇ
ਜਿਹੜਾ ਕਿਹੜੀ ਪਾਰਟੀ ਨੂੰ ਕਾਮਯਾਬ ਕਰਦੇ ਨੇ। ਮੇਰੇ ਨਾਲ ਸਰਪੰਚ ਸਾਹਿਬ ਵੀ ਮੌਜੂਦ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਬੜੇ? ਹਾਂਜੀ, ਆਮ ਪਾਰਟੀ, ਆਮ ਆਦਮੀ ਪਾਰਟੀ। ਸਰਪੰਚ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੰਦਾਬਾਦ। ਪਰ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ 1 ਜੂਨ ਨੂੰ ਲੋਕ ਜਿਹੜੇ ਆ ਕਿਸ ਨੂੰ ਵੋਟ ਪਾਉਂਦੇ। ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਪੰਜਾਬ ਅਬ ਤੱਕ ਨਿਊਜ਼, ਤਰਨ ਤਾਰਨ।